ਇਲੈਕਸ਼ਨ ਕੰਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ। ਪਰਿਵਾਰਕ ਤੌਰ 'ਤੇ ਅਸੀਂ ਗਏ ਸੀਗੇ ਲੋਕਾਂ, ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈ ਨਾ, ਉੱਥੇ ਰਹਾਇਆ ਮਹੀਨੇ 'ਚ, ਆਪਣਾ ਹਫ਼ਤੇ 'ਚ ਦੋ ਦਿਨ ਜਾਇਆ ਵੀ ਕਰਾਂਗੇ। ਪਰ ਹਾਂ, ਕੰਪੇਨ ਕਰਦੇ ਹਾਂ, ਮਿਸਿਜ਼ ਕੇਜਰੀਵਾਲ ਕੰਪੇਨ ਕਰ ਰਹੇ ਨੇ ਅੱਜ ਹਰਿਆਣੇ 'ਚ, ਉਹਨਾਂ ਦੀਆਂ ਦੋ ਰੈਲੀਆਂ ਨੇ, ਇਹਦਾ ਮਤਲਬ ਥੋੜ੍ਹੀ ਹੈ ਕਿ ਉਹ ਰਾਜਨੀਤੀ। ਹਾਂ, ਪਰਿਵਾਰਕ ਤੌਰ 'ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਰਿਸ਼ਤੇ ਹੋਰ ਹੋ ਜਾਂਦੇ ਨੇ, ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ, ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ, ਤੇ ਅਸੀਂ ਕੰਮ ਕਰਦੇ ਰਹੇ, ਮਿਹਨਤ ਕੀਤੀ ਹੈ। ਔਰ ਇਕੱਲੀ ਮਿਸਿਜ ਮਾਨ ਨੇ ਨਹੀਂ ਕੀਤੀ, ਬਹੁਤ ਸਾਰੇ ਵਲੰਟੀਅਰਾਂ ਨੇ, ਬਹੁਤ ਸਾਰੇ ਹੋਰ ਸਾਡੇ ਜਿੰਨੇ ਅਹੁਦੇਦਾਰ ਨੇ, ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ, ਮਿਹਨਤ ਦਾ ਫਲ ਮਿਲਿਆ। ਤੇ ਬਾਕੀ ਜਿੱਥੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਜਾਣਾ, ਅਵੇਅਰ ਹੀ ਕਰਨਾ। ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ 'ਚ ਇੰਟਰਵਿਊ 'ਚ ਕਿ ਸੇਵਾ ਹੀ ਕਰਨੀ ਹੈ, ਜੇ ਡਾਕਟਰੀ 'ਚ ਨਾ ਸੀ ਰਾਜਨੀਤੀ ਸੀ ਨਾ, ਕਰਨੀ ਤਾਂ ਸੇਵਾ ਹੀ ਹੈ। ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ, ਅਤੇ ਬਾਕੀ ਕੋਈ ਇੱਦਾਂ ਦਾ ਇਹ ਕੰਪਲਸ਼ਨ ਨਹੀਂ ਹੈਗੀ ਕਿ ਉਹ ਕੋਈ ਜ਼ਮੀਨ ਚੋੜ 'ਚ ਖੜ੍ਹੇ ਹੋਣਗੇ ਜਾਂ ਹੋਰ, ਆਪਾਂ ਅੰਦਾਜ਼ੇ ਲਾਉਣ ਲੱਗ ਜਾਂਦੇ ਹਾਂ, ਪਰ ਇੱਦਾਂ ਦਾ ਇਰਾਦਾ। ਇਲੈਕਸ਼ਨ ਕੰਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ। ਪਰਿਵਾਰਕ ਤੌਰ 'ਤੇ ਅਸੀਂ ਗਏ ਸੀਗੇ ਲੋਕਾਂ, ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈ ਨਾ, ਉੱਥੇ ਰਹਾਇਆ ਮਹੀਨੇ 'ਚ, ਆਪਣਾ ਹਫ਼ਤੇ 'ਚ ਦੋ ਦਿਨ ਜਾਇਆ ਵੀ ਕਰਾਂਗੇ। ਪਰ ਹਾਂ, ਕੰਪੇਨ ਕਰਦੇ ਹਾਂ, ਮਿਸਿਜ਼ ਕੇਜਰੀਵਾਲ ਕੰਪੇਨ ਕਰ ਰਹੇ ਨੇ ਅੱਜ ਹਰਿਆਣੇ 'ਚ, ਉਹਨਾਂ ਦੀਆਂ ਦੋ ਰੈਲੀਆਂ ਨੇ, ਇਹਦਾ ਮਤਲਬ ਥੋੜ੍ਹੀ ਹੈ ਕਿ ਉਹ ਰਾਜਨੀਤੀ। ਹਾਂ, ਪਰਿਵਾਰਕ ਤੌਰ 'ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਰਿਸ਼ਤੇ ਹੋਰ ਹੋ ਜਾਂਦੇ ਨੇ, ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ, ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ, ਅਤੇ ਅਸੀਂ ਕੰਮ ਕਰਦੇ ਰਹੇ, ਮਿਹਨਤ ਕੀਤੀ ਹੈ। ਔਰ ਇਕੱਲੀ ਮਿਸਿਜ਼ ਮਾਨ ਨੇ ਨਹੀਂ ਕੀਤੀ, ਬਹੁਤ ਸਾਰੇ ਵਲੰਟੀਅਰਾਂ ਨੇ, ਬਹੁਤ ਸਾਰੇ ਹੋਰ ਸਾਡੇ ਜਿੰਨੇ ਅਹੁਦੇਦਾਰ ਨੇ, ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ, ਮਿਹਨਤ ਦਾ ਫਲ ਮਿਲਿਆ। ਅਤੇ ਬਾਕੀ ਜਿੱਥੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਜਾਣਾ, ਅਵੇਅਰ ਹੀ ਕਰਨਾ। ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ 'ਚ ਇੰਟਰਵਿਊ 'ਚ ਕਿ ਸੇਵਾ ਹੀ ਕਰਨੀ ਹੈ, ਜੇ ਡਾਕਟਰੀ 'ਚ ਨਾ ਸੀ ਰਾਜਨੀਤੀ ਸੀ ਨਾ, ਕਰਨੀ ਤਾਂ ਸੇਵਾ ਹੀ ਹੈ। ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ, ਅਤੇ ਬਾਕੀ ਕੋਈ ਇੱਦਾਂ ਦਾ ਇਹ ਕੰਪਲਸ਼ਨ ਨਹੀਂ ਹੈਗੀ ਕਿ ਉਹ ਕੋਈ ਜ਼ਮੀਨ ਚੋੜ 'ਚ ਖੜ੍ਹੇ ਹੋਣਗੇ ਜਾਂ ਹੋਰ, ਆਪਾਂ ਅੰਦਾਜ਼ੇ ਲਾਉਣ ਲੱਗ ਜਾਂਦੇ ਹਾਂ, ਪਰ ਇੱਦਾਂ ਦਾ ਇਰਾਦਾ। ਇਲੈਕਸ਼ਨ ਕੰਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ। ਪਰਿਵਾਰਕ ਤੌਰ 'ਤੇ ਅਸੀਂ ਗਏ ਸੀਗੇ ਲੋਕਾਂ, ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈ ਨਾ, ਉੱਥੇ ਰਹਾਇਆ ਮਹੀਨੇ 'ਚ, ਆਪਣਾ ਹਫ਼ਤੇ 'ਚ ਦੋ ਦਿਨ ਜਾਇਆ ਵੀ ਕਰਾਂਗੇ। ਪਰ ਹਾਂ, ਕੰਪੇਨ ਕਰਦੇ ਹਾਂ, ਮਿਸਿਜ਼ ਕੇਜਰੀਵਾਲ ਕੰਪੇਨ ਕਰ ਰਹੇ ਨੇ ਅੱਜ ਹਰਿਆਣੇ 'ਚ, ਉਹਨਾਂ ਦੀਆਂ ਦੋ ਰੈਲੀਆਂ ਨੇ, ਇਹਦਾ ਮਤਲਬ ਥੋੜ੍ਹੀ ਹੈ ਕਿ ਉਹ ਰਾਜਨੀਤੀ। ਹਾਂ, ਪਰਿਵਾਰਕ ਤੌਰ 'ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਰਿਸ਼ਤੇ ਹੋਰ ਹੋ ਜਾਂਦੇ ਨੇ, ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ, ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ, ਅਤੇ ਅਸੀਂ ਕੰਮ ਕਰਦੇ ਰਹੇ, ਮਿਹਨਤ ਕੀਤੀ ਹੈ। ਔਰ ਇਕੱਲੀ ਮਿਸਿਜ਼ ਮਾਨ ਨੇ ਨਹੀਂ ਕੀਤੀ, ਬਹੁਤ ਸਾਰੇ ਵਲੰਟੀਅਰਾਂ ਨੇ, ਬਹੁਤ ਸਾਰੇ ਹੋਰ ਸਾਡੇ ਜਿੰਨੇ ਅਹੁਦੇਦਾਰ ਨੇ, ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ, ਮਿਹਨਤ ਦਾ ਫਲ ਮਿਲਿਆ। ਅਤੇ ਬਾਕੀ ਜਿੱਥੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਜਾਣਾ, ਅਵੇਅਰ ਹੀ ਕਰਨਾ। ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ 'ਚ ਇੰਟਰਵਿਊ 'ਚ ਕਿ ਸੇਵਾ ਹੀ ਕਰਨੀ ਹੈ, ਜੇ ਡਾਕਟਰੀ 'ਚ ਨਾ ਸੀ ਰਾਜਨੀਤੀ ਸੀ ਨਾ, ਕਰਨੀ ਤਾਂ ਸੇਵਾ ਹੀ ਹੈ। ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ, ਅਤੇ ਬਾਕੀ ਕੋਈ ਇੱਦਾਂ ਦਾ ਇਹ ਕੰਪਲਸ਼ਨ ਨਹੀਂ ਹੈਗੀ ਕਿ ਉਹ ਕੋਈ ਜ਼ਮੀਨ ਚੋੜ 'ਚ ਖੜ੍ਹੇ ਹੋਣਗੇ ਜਾਂ ਹੋਰ, ਆਪਾਂ ਅੰਦਾਜ਼ੇ ਲਾਉਣ ਲੱਗ ਜਾਂਦੇ ਹਾਂ, ਪਰ ਇੱਦਾਂ ਦਾ ਇਰਾਦਾ।